सिगरेट पीन तो बड़ा परहेज करिए, हमें रोग वजूद नू लाभजे ना, नीम मुल्ला तो बड़ा परहेज करिए, खतरे विच ईमान फसावजे। बाद में कोई मसला पूछो ना, वो जाके तुसी किसी आलम को पूछो, जेड़ा कोई चंगा आलम होवे ओदे कोल जाओ। एवं जिन्हें कोई थोड़ी जी दाढ़ी रख ली तो उन्होंने जाके मसला पूछता फिर, क्यों जी ये गुसल किस तरह मैं करा, ये की तरीके ने, उन्हें जब उन्होंने पता है कि नहीं तो उम्मीद वो गलत भी दस सकता है। इस वास्ते क्योंकि कई पिंड घट मौलवी भी होंगे ने, हूँ एक मसीह दे विच मौलवी अपने स्पीकर नूं हालांकि इस्तेमाल यानी कोई चंगी जगह होवे यानी चंगा कोई गलबात होवे उत्थे उन्हूं इस्तेमाल करना चाहिए, नजायज गल्लां स्पीकर दे विच बिल्कुल नहीं करनियां चाहीदियां। एक हुण मौलवी खड़ोता अपनी मस्जिद दे विच ते ऐलान कर रहा है, दोस्तों जरा कन्न खोल के सुन लो, राती आ मुर्दे नहाउण वाला कोई फट्टा चुके लै गया जी, तीन चार टूटियां भी है पितल दियां ला के लै गया जी, ये चंगा काम नहीं हैगा जी, इत्थे ये अल्लाह दा घर है, इत्थे फिर भी आ जाणगियां पर उहदा खाना खराब हो जाएगा। आज सवेरे अमृतसरियां वाले एक परौणा आया सी, ਉਹ ਨਹਾਉਣ ਲੱਗੇ ਦਾ ਕੁਛ ਰੂਕਾ ਚੁੱਕ ਕੇ ਲੈ ਗਿਆ ਜੇ, ਉਹ ਕਹਿੰਦਾ ਮੇਰਾ 1300 ਰੁਪਇਆ ਵਿੱਚ ਸੀ ਪਰ ਮੈਨੂੰ 1300 ਦਾ ਨਹੀਂ, ਮੇਰਾ ਵਿੱਚ ਸ਼ਨਾਖਤੀ ਕਾਰਡ ਮੇਰਾ ਕਰ ਦਿਓ। ਇਹ ਕਿਹੜਾ ਜਾਂਦਾ ਹੈ? ਆ ਮੈਂ ਮੌਲਵੀ ਜੀ ਅਬਦੁਲ ਰਹਿਮਾਨ ਆ ਪੁੱਤਰੇ ਦੇ ਰਾਏ ਨਾ। ਅੱਛਾ ਮੀਆਂ ਜੀ, ਅਸਲਾਮ ਵਾਲੇਕੁਮ ਮੀਆਂ ਜੀ। ਵਾਲੇਕੁਮ ਸਲਾਮ ਪੁੱਤਰ। ਆਖੂਬਨ ਨੇ ਧਿਆਨ ਮਾਰੇ ਨਾ ਉਹ ਕਹਿੰਦਾ ਜੀ ਬਿੱਲੀ ਗੇੜੇ ਮਾਰਦੀ ਫਿਰਦੀ ਹੈ, ਗੇੜੇ ਕੱਢੀ ਫਿਰਦੀ। ਉਹਨੇ ਕਿਹਾ ਮੇਰਾ ਪੁੱਤਰ ਲੈ ਫਿਰ ਇਹ ਵੜ ਤੈਨੂੰ ਕੱਢ ਦੇ ਰਹੇ। ਉਹਨੇ ਕਿਹਾ ਮੌਲੀ ਜੀ ਮੈਂ ਤਾਂ ਕਦੇ ਖੂਹ 'ਚ ਵੜਿਆ ਨਹੀਂ। ਉਹ ਪਰ ਤੈਨੂੰ ਮੈਂ ਜੋ ਪਿਆ ਕਹਿੰਦਾ ਪਿਆ, ਉਹ ਕਹਿੰਦਾ ਜੀ ਮੈਂ ਕਦੇ ਵੜਿਆ ਨਹੀਂ ਗਾ। ਉਹਨੇ ਕਿਹਾ ਪਰ ਤੈਨੂੰ ਮੈਂ ਜੋ ਪਿਆ ਕਹਿੰਦਾ ਪਿਆ, ਸਵਾਬ ਲਾਇਆ ਗੱਟ। ਉਹ ਕਹਿੰਦਾ ਜੀ ਮੈਂ ਤਾਂ ਕਦੇ ਡਰਦਾ ਛੱਪੜ 'ਚ ਨਹੀਂ ਵੜਿਆ। ਉਹਨੇ ਕਿਹਾ ਮੈਂ ਤੈਨੂੰ ਕਹਿੰਦਾ ਪਿਆ ਸਵਾਬ ਗੱਟ, ਇਹ ਤੋਂ ਇਹੋ ਜਿਹਾ ਸਵਾਬ ਦੁਨੀਆ 'ਚ ਨਹੀਂ ਮਿਲਣਾ, ਇੱਕ ਕਿਸੇ ਦੀ ਜਾਨਦਾਰ ਦੀ ਜਾਨ ਬਚਾਉਣੀ ਕਿੰਨਾ ਸਵਾਬ ਹੈ। ਇਹ ਮੌਲਵੀ ਜੀ ਇਹ ਗੁੱਸਾ ਨਾ ਕਰਨਾ, ਇਹ ਤੁਸੀਂ ਸਵਾਬ ਨਹੀਂ ਲੈ ਸਕਦੇ। ਕਿਉਂ ਨਹੀਂ ਲੈ ਸਕਦੇ? ਤੁਸੀਂ ਆਪ ਕੱਢ ਲੋਗੇ, ਜਿਹੜਾ ਮੈਨੂੰ ਸਵਾਬ ਮਿਲਣਾ ਤੁਸੀਂ ਕੱਢ ਲੋਗੇ। ਕਹਿੰਦਾ ਮੈਂ ਵੜਿਆ ਸਾਂ ਪਰ ਨਾ ਮਰਾ ਦੇਖੇ ਨੂੰ ਤੇਰਾ ਮਾਰਦੀ ਮੈਂ ਸਵਾਬ ਦੇ ਪਾ ਦੇ। ਇਹ ਵਾਸਤੇ ਪਿੰਡਾਂ ਦੇ ਜਿਹੜੇ ਸਪੀਕਰ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਇਸਤੇਮਾਲ ਨਾ ਕਰੋ ਵੀ ਜਿਵੇਂ ਕਿਤੇ ਆਪਣਾ ਕੋਈ ਕਿਸੇ ਹੋਟਲਾਂ 'ਤੇ ਜਾਂ ਕਿਤੇ ਮੇਲਿਆਂ 'ਤੇ ਲੱਗੇ ਹੁੰਦੇ ਨੇ। ਆਪਣੇ ਘਰ ਨੂੰ ਪਹਿਲੋਂ ਸੋਧ ਲਈਏ, ਐਵੇਂ ਲੋਕਾਂ ਨੂੰ ਬੁਰਾ ਬਣਾਵੀਏ ਨਾ, ਖੈਰ ਦੇਣ ਦੇ ਵਿੱਚ ਨਾ ਢਿੱਲ ਕਰੀਏ, ਦੇ ਕੇ ਖੈਰ ਤੇ ਫੇਰ ਪਛਤਾਵੀਏ ਨਾ। ਉਹ ਜਿੱਥੇ ਗਿਆ ਤੇ ਕੋਈ ਨਾ ਖੁਸ਼ ਹੋਵੇ ਉਹ ਥਾਂ ਤੇ ਕਦੀ ਵੀ ਜਾਵੀਏ ਨਾ, ਆ ਕੇ ਲੱਗ ਕੇ ਆਪਣੀਆਂ ਔਰਤਾਂ ਦੇ ਮਾਈ ਬਾਪ ਨੂੰ ਕਦੀ ਸਤਾਵੀਏ ਨਾ। ਅਲੀ ਮੁਹੰਮਦਾ ਬੰਦਿਆਂ ਵਾਂਗ ਰਹੀਏ, ਸ਼ਗਲ ਖੁਸਰਿਆਂ ਵਾਂਗ ਬਣਾਵੀਏ ਨਾ, ਕਿਸੇ ਬੰਦੇ ਨੂੰ ਵੇਖਣਾ ਹਸਦ ਕਰੀਏ ਐਵੇਂ ਆਪਣਾ ਆਪ ਜਲਾਵੀਏ ਨਾ। ਯਾਰ ਮੈਂ ਕਈ ਵਾਰ ਗੱਲਾਂ ਵੀ ਕਰਦਾ ਹੁੰਦਾ, ਮੇਰੀਆਂ ਗੱਲਾਂ ਤੇ ਕਈ ਕਿ ਨਹੀਂ ਉਹ ਜਿਹੜੇ ਸੜ ਬਲ ਜਾਂਦੇ ਨੇ, ਉਹ ਕਹਿੰਦੇ ਨੇ ਕੋਈ ਹਦੀਸ ਦੀਆਂ ਗੱਲਾਂ ਸੁਣਾਓ, ਕੋਈ ਕੁਰਾਨ ਦੀਆਂ ਗੱਲਾਂ ਸੁਣਾਓ, ਕਿਉਂਕਿ ਉਹ ਬੰਦੇ ਮੈਂ ਵੇਖਦਾ ਹੁੰਦਾ ਵੀ ਉਹ ਸੜੇ ਹੁੰਦੇ ਨੇ। ਉਹਨੂੰ ਬਈ ਦੱਸੋ ਵੀ ਕਿਹੜੀ ਮੈਂ ਗੱਲ ਵੀ ਇਹ ਮਾੜੀ ਕੀਤੀ ਹੈ, ਅਗੇ ਇਹ ਗੱਲਾਂ ਕੋਈ ਕਰਨ ਵਾਲੀਆਂ ਨੇ? ਮੈਂ ਕਿਹਾ ਬਈ ਹੁਣ ਮੈਨੂੰ ਤੂੰ ਦੱਸ ਦੇ ਕੋਈ ਤੇਰੇ ਕੋਲ ਗੱਲ ਹੈਗੀ ਤਾਂ ਮੈਨੂੰ ਦੇ ਦੇ। ਯਾਨੀ ਐਵੇਂ ਹੀ ਆਨੇ ਮਤਲਬ ਹੈ ਕੰਮ ਕਿਸੇ ਦੇ ਵਿੱਚ ਨਾ ਦਖਲ ਦੇਈਏ, ਐਵੇਂ ਜਾਣ ਕੇ ਟੰਗ ਅਡਾਵੀਏ ਨਾ। ਆ ਕਈ ਕੁਆਲਾਂ ਨੂੰ ਪੈਸੇ ਦੇਣ ਵਾਲੇ ਹੁੰਦੇ ਨੇ ਤੇ ਕਈ ਪਾਸੋਂ ਬੈਠੇ ਗਿਣਤੀ ਕਰੀ ਜਾਂਦੇ ਨੇ, ਉਹ ਫਿਰ ਸਵੇਰੇ ਗੱਲ ਜ਼ਰੂਰ ਕਰਦੇ ਨੇ, ਕਹਿੰਦੇ ਨੇ ਯਾਰ ਕੁਆਲਾਂ ਨੂੰ ਰਾਤੀ ਬੜੇ ਪੈਸੇ ਹੋਏ, 1500-1600 ਰੁਪਇਆ ਹੋ ਗਿਆ, ਯਾਰ ਤੂੰ ਕੀ ਦਿੱਤਾ? ਮੈਂ ਤਾਂ ਲੋਕਾਂ ਦੇ ਗਿਣਦਾ ਰਿਹਾ। ਕੰਮ ਸੋਚ ਅੱਜ ਨਿਬੇੜ ਲਈਏ, ਕੰਮ ਅੱਜ ਦਾ ਪਲਕ ਤੇ ਪਾਵੀਏ ਨਾ, ਲਈਏ ਉਧਾਰ ਤੇ ਛੇਤੀ ਨਿਬੇੜ ਦੇਈਏ ਛਿੱਤਰ ਖਾਣ ਦੀ। ਇਹ ਉਧਾਰ ਪਤਾ ਕਿਉਂ ਲੋਕ ਖਾਂਦੇ ਨੇ? ਇਹ ਜਿਹਨਾਂ ਨੂੰ ਫਜ਼ੂਲ ਖਰਚੀ ਦੀ ਆਦਤ ਪੈ ਜਾਏ ਨਾ ਉਹ ਜ਼ਰੂਰ ਉਧਾਰ ਖਾਂਦੇ ਨੇ। ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾ ਕੇ ਸੁਣਾਉਣ ਲੱਗਾ ਉਧਾਰ ਦੀ ਗੱਲ,
उदार दी कहानी बाबे अली मम्म दी जबानी फजूल खर्ची दा जिनू भी होवे चस्का खावे ओ जरूर उदार यारो खांद्या पींद्या रकम ते चढ़ जांदी पैंदा फेर दिमाग ते पार यारो लैन वालियां रकम ते मंग लेनी अगो हुंदा फेर तकरार यारो जदो होए तकरार ते लोग आ गए वादे करन विच बड़ा होशियार यारो पंजवें दिन नूं रकम दे नबेड़ देवां कीता उसने कॉल करार यारो पांच पांच दिनां दे कई करके कई वादे देंदा पांचों साल गुजार यारो लैन वालियां तों अग बचा के ओह लंघ जांदा चुस्त रफ्तार यारो ਭਾਵੇਂ ਚਾਰ ਫਲਾਂਗ ਦਾ ਬੜਾ ਪੰਨੇ ਕਰਦਾ ਰਸਤਾ ਹੀ ਉੜ ਪਿਆ ਅੱਧੀ ਯਾਦ ਅੱਧੀ ਰਾਤ ਨੂੰ ਜਾ ਕੇ ਘਰ ਵੜਦਾ ਫਜਰੇ ਹੋਂਦਾ ਫੇਰ ਫਰਾਰ ਯਾਰੋ ਫਜਰੇ ਹੋਂਦਾ ਫੇਰ ਤੇ ਅਸ਼ਤਿਆਰੀ ਮੁਰਜਮਾ ਵਾਂਗੂ ਰਵੇ ਲੁਕਦਾ ਡਰਦਾ ਬੜੇ ਨਾ ਵਿੱਚ ਬਾਜ਼ਾਰ ਯਾਰੋ ਸ਼ਹਿਰੋਂ ਬਾਹਰੋਂ ਨਹਿਰਾਂ ਤੇ ਰਵੇ ਪੌਂਦਾ ਕਰਦਾ ਘੁੱਗੀਆਂ ਦਾ ਫਿਰੇ ਸ਼ਿਕਾਰ ਯਾਰੋ ਤੇ ਲੈਣ ਵਾਲਿਆਂ ਉਸਨੂੰ ਲੱਭ ਲੈਣਾ ਗੁਆਚੀਆਂ ਖੋਤੀਆਂ ਨੂੰ ਜਿਵੇਂ ਘਮਿਆਰ ਯਾਰੋ ਤੇ ਆਖਿਰ ਖੋਜ ਨਿਕਾਲ ਕੇ ਜਾ ਫੜਿਆ ਬੈਠਾ ਹੋਇਆ ਸੀ ਨਹਿਰ ਤੋਂ ਪਾਰ ਯਾਰੋ ਵੇਂਦਿਆਂ ਸਾਰੀ ਜ਼ਰਦੀਆਂ ਛਾ ਗਈਆਂ ਜਿਵੇਂ ਟੀਵੀ ਦਾ ਹੋਵੇ ਬਿਮਾਰ ਯਾਰੋ ਖਾਧੇ ਭੁੱਲ ਗਏ ਉਸਨੂੰ ਰਸਗੁੱਲੇ ਹੁਣ ਮਾਰਦਾ ਭਸ ਟਕਾਰ ਯਾਰੋ ਤੇ ਨੀਵੀ ਪਾ ਕੇ ਹੌਲੀ ਜੀ ਕਹਿਣ ਲੱਗਾ ਇਸ ਵੇਲੇ ਮੈਂ ਬੜਾ ਲਚਾਰ ਯਾਰੋ ਉਹ ਛਿੱਤਰ ਖਾ ਕੇ ਨਿਬੜੇ ਤੇ ਕੀ ਨਿਬੜੇ ਅੱਗੋਂ ਵਾਸਤੇ ਖਤਮ ਵਕਾਰ ਯਾਰੋ ਉਹ ਸੱਜਣਾ ਕੋਲੋਂ ਨਾ ਕਦੀ ਉਧਾਰ ਲਈਏ ਰਹਿੰਦਾ ਉਹ ਨੀ ਫੇਰ ਤਿਆਰ ਯਾਰੋ ਚਾਦਰ ਵੇਖ ਜੋ ਪੈਰ ਪਸਾਰਦਾ ਨਹੀਂ ਹੁੰਦਾ ਉਹ ਅਖੀਰ ਖੁਆਰ ਯਾਰੋ ਬਚਿਆ ਨੀ ਜੋ ਖਰਚ ਫਜ਼ੂਲ ਕੋਲੋਂ ਰਾਜੀ ਉਸੇ ਰੱਬ ਗਫਾਰ ਗਿਆ ਉਹ ਹੋ ਸਕੇ ਤੇ ਸੁਲਾਹ ਕਰਾ ਦੇਈਏ ਐਵੇਂ ਕਿਸੇ ਨੂੰ ਕਦੀ ਲੜਾਵੀਏ ਨਾ ਔਖੀ ਵੇਲੇ ਮਜ਼ਬੂਰ ਦੀ ਮਦਦ ਕਰੀਏ ਕਰਕੇ ਮਦਦ ਤੇ ਫੇਰ ਜਤਾਵੀਏ ਨਾ ਗੈਰ ਸ਼ਰ੍ਹਾਂ ਨਾ ਕੋਈ ਵੀ ਕੰਮ ਕਰੀਏ ਰਸਮਾਂ ਕੰਜਰਾਂ ਵਾਂਗ ਮਨਾਵੀਏ ਨਾ ਬੀਵੀ ਕਰੇ ਤਾਰੀਫ ਜੇ ਮਾਪਿਆਂ ਦੀ ਉਹਦਾ ਟੋਕ ਕੇ ਦਿਲ ਦਿਖਾਵੀਏ ਨਾ ਮੇਰੀ ਗੱਲ ਪੱਲੇ ਬਣ ਲਓ ਮੇਰੀ ਗੱਲ ਪੱਲੇ ਬਣ ਲਓ ਜਿਹਨੇ ਸਾਰੀ ਜ਼ਿੰਦਗੀ ਸੁੱਖ ਨਾਲ ਵਸਣਾ ਨਾ ਤੇ ਬੀਵੀ ਦੀ ਹਾਂ ਨਾਲ ਹਾਂ ਮਲਾਈ ਰੱਖੋਗੇ ਨਾ ਤੁਹਾਡੇ ਘਰ ਵਿੱਚ ਅਮਨ ਸਲੂਕ ਬੜੀਆਂ ਬੜੀਆਂ ਰੌਣਕਾਂ ਗਹਿਮਾਂ ਗਹਿਮੀਆਂ ਕਿੰਨੇ ਫਾਇਦੇ ਨੇ ਬਈ ਉਹਦੀ ਹਾਂ ਨਾਲ ਹਾਂ ਮਿਲਾਉਣ ਤੇ ਕਿਉਂ ਕਿਸੇ ਵੇਲੇ ਜਨਾਨੀ ਲਾਡਾਂ ਵਿੱਚ ਆਈ ਆਪਣੇ ਮਾਂ ਪਿਓ ਦੀ ਲੱਗ ਪੈਂਦੀ ਬੜੀ ਤਾਰੀਫ ਕਰਨ ਮੇਰੀ ਮਾਂ ਨੇ ਮੇਰੀਆਂ ਬੜੀਆਂ ਰੀਝਾਂ ਲਾਈਆਂ ਮੇਰੇ ਪਿਓ ਨੇ ਮੇਰੇ ਬੜੇ ਨਾਲ ਲੜਾਏ ਬਈ ਤੇਰੀ ਮਾਂ ਹੈ ਵੀ ਚੰਗੀ ਤੇਰਾ ਪਿਓ ਵੀ ਚੰਗਾ ਨਾਲੇ ਤੇਰਾ ਖਾਨਦਾਨ ਹੀ ਚੰਗਾ ਨਾਲੇ ਚਿਰਾਗੋ ਤੂੰ ਆਪ ਕਿਹੜਾ ਮਾਰਿਆ ਚਲੋ ਇਹਨੇ ਨਾਲੋਂ ਵੀ ਚਿਰ ਗਈ ਉਹਦਾ ਜੀ ਰਾਜੀ ਹੋ ਗਿਆ ਭਾਵੇਂ ਸਾਰਾ ਦਿਨ ਉਹਨੂੰ ਨਚਾਈ ਫਿਰੋ ਉਹਨੂੰ ਉਹਨੇ ਅਕਣਾ ਥੱਕਣਾ ਹੀ ਨਹੀਂ।